ਇਹ ਬਾਲੀਵੁੱਡ ਅਦਾਕਾਰ ਵਿਦੁੱਤ ਜੰਮਵਾਲ ਦੀ ਫਿਲਮ IB71 ਦੇ ਬਾਰੇ ਜੋ 12 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ ਇਸ ਨੂੰ ਦਰਸ਼ਕਾਂ ਦੇ ਵੱਲੋਂ ਬਿਹਤ ਪਿਆਰ ਦਿੱਤਾ ਜਾ ਰਿਹਾ ਪਰ ਬਾਕਸ ਆਫਿਸ ਤੇ ਇਸ ਦੀ ਕਮਾਈ ਬਿਹਤ ਹੌਲੀ ਤਰੀਕੇ ਦੇ ਨਾਲ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਫਿਲਮ ਨੇ ਹੁਣ ਤੱਕ ਕਰੀਬ 8.5 ਕਰੋੜ ਰੁਪਏ ਕਮਾਏ ਨੇ ਪਹਿਲੇ ਦਿਨ 1.5 ਕਰੋੜ ਦੂਜੇ ਦਿਨ 2.5 ਕਰੋੜ ਤੀਜੇ ਦਿਨ 3.5 ਕਰੋੜ ਅਤੇ ਚੌਥੇ ਦਿਨ 1 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਫਿਲਮ ਦੇ ਵਿੱਚ ਵਿਦੁੱਤ ਜੰਮਵਾਲ ਤੋਂ ਇਲਾਵਾ ਅਨੁਪਮ ਖੇਰ ਅਤੇ ਵਿਸ਼ਾਲ ਜੇਠਵਾ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਗਾਜ਼ੀ ਅਟੈਕ ਵਰਗੀ ਫਿਲਮ ਵੀ ਇਸੇ ਡਾਇਰੈਕਟਰ ਦੇ ਵੱਲੋਂ ਡਾਇਰੈਕਟ ਕੀਤੀ ਗਈ ਸੀ ਆਈਬੀ 71 1971 ਦੇ ਇੱਕ ਖੂਫੀਆ ਮਿਸ਼ਨ ਤੇ ਆਧਾਰਿਤ ਹੈ ਜਿਸ ਦੇ ਵਿੱਚ ਭਾਰਤ ਨੇ ਪਾਕਿਸਤਾਨ ਦੇ 에ਅਰ ਸਟ੍ਰਾਈਕ ਦੇ ਮਿਸ਼ਨ ਨੂੰ ناکਾਮ ਕੀਤਾ ਸੀ ਇਸ ਮਿਸ਼ਨ ਦੇ ਵਿੱਚ ਚੀਨ ਨੂੰ ਪਾਕਿਸਤਾਨ ਦਾ ਸਾਥ ਦਿੰਦੇ ਹੋਏ ਦਿਖਾਇਆ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਬੇहद ਹੌਲੀ ਤਰੀਕੇ ਦੇ ਨਾਲ ਇਸ ਫਿਲਮ ਦੀ ਜੋ ਕਮਾਈ ਹੈ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਤੱਕ ਇਸ ਨੇ 8.5 ਕਰੋੜ ਰੁਪਏ ਕਮਾਈ ਨੇ